ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਜਿਹੜਾ ਕਿ ਇਹਨਾਂ ਦਾ ਚਾਚਾ ਇਹਨਾਂ ਦੇ ਭਰਾ ਦੇ ਨਾਲ ਲੜ ਰਿਹਾ ਸੀ, ਉਸ ਦੇ ਵਿੱਚ ਸਾਡੀ ਮਹਿਲਾ ਵਿੰਗ ਦੀ ਪ੍ਰਧਾਨ ਜਿਹਦੇ ਸਰੀਰਕ ਤੌਰ 'ਤੇ ਉਹਨਾਂ ਨੇ ਹੱਥ ਪਾਇਆ ਅਤੇ ਉਹਨਾਂ ਦੇ ਕੱਪੜੇ ਪਾੜੇ, ਅਤੇ ਨਾਲੇ ਇਹ ਵੀ ਕਿਹਾ ਕਿ ਮੈਂ ਤੇਰੇ ਕੱਪੜੇ ਪਾੜਦੇ ਨੇ ਅਤੇ ਤੇਰੇ ਕੋਲ ਜੋ ਬੰਦਾ ਤੂੰ ਕਰ ਲੈ। ਕੀ ਨਾਮ ਜੀ ਤੁਹਾਡਾ? ਮੈਂ ਸੰਜੀਵ ਭਾਸਕਰ, ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ, ਯੂਆ ਸਟੇਟ ਪ੍ਰੈਜ਼ੀਡੈਂਟ। ਅੱਜ ਅਸੀਂ ਆਪਣੀ ਮਹਿਲਾ ਵਿੰਗ ਦੀ ਪ੍ਰਧਾਨ ਗੀਤਾ ਭੱਲਾ, ਜਿਨ੍ਹਾਂ ਦਾ ਕੋਈ ਘਰੇਲੂ ਝਗੜਾ ਚੱਲ ਰਿਹਾ ਸੀ, ਉਸ ਘਰੇਲੂ ਝਗੜੇ ਦਰਮਿਆਨ ਇਹਨਾਂ ਚਾਚਾ ਅਤੇ ਇਹਨਾਂ ਦੇ ਭਰਾ, ਜਿਹੜਾ ਕਿ ਇਹਨਾਂ ਦਾ ਚਾਚਾ ਇਹਨਾਂ ਦੇ ਭਰਾ ਦੇ ਨਾਲ ਲੜ ਰਿਹਾ ਸੀ, ਉਸ ਦੇ ਵਿੱਚ ਸਾਡੀ ਮਹਿਲਾ ਵਿੰਗ ਦੀ ਪ੍ਰਧਾਨ ਜਿਹਦੇ ਸਰੀਰਕ ਤੌਰ 'ਤੇ ਉਹਨਾਂ ਨੇ ਹੱਥ ਪਾਇਆ ਅਤੇ ਉਹਨਾਂ ਦੇ ਕੱਪੜੇ ਪਾੜੇ, ਅਤੇ ਨਾਲੇ ਇਹ ਵੀ ਕਿਹਾ ਕਿ ਮੈਂ ਤੇਰੇ ਕੱਪੜੇ ਪਾੜਦੇ ਨੇ ਅਤੇ ਤੇਰੇ ਕੋਲ ਜੋ ਬੰਦਾ ਤੂੰ ਕਰ ਲੈ। ਅੱਜ ਅਸੀਂ ਇਸ ਸਮਕਸ਼ ਸ਼ਿਵ ਸੈਨਾ ਉਸ ਚੌਂਕੀ ਦੇ ਵਿੱਚ ਵੀ ਗਏ ਹਾਂ, ਇਹਨਾਂ ਨੇ ਉੱਥੇ ਦਰਖਾਸਤ ਵੀ ਦਿੱਤੀ ਹੈ, ਲੇਕਿਨ ਉਹਦੇ ਉੱਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹਦਾ ਮਤਲਬ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਮਹਿਲਾ ਦੀ ਜਿਹੜੀ ਇੱਜ਼ਤ ਹੈ ਮਹਿਫੂਜ਼ ਨਹੀਂ ਹੈ, ਔਰ ਜਦੋਂ ਕਿ ਸਾਡੀ ਮਹਿਲਾ ਵਿੰਗ ਦੀ ਹੋਣ ਦੇ ਪ੍ਰਧਾਨ ਦੇ ਨਾਤੇ ਸਾਡਾ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦਾ ਪੂਰਾ ਸੰਗਠਨ ਉਹਨਾਂ ਦੇ ਨਾਲ ਖੜ੍ਹਾ ਹੈ, ਔਰ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਸ ਚੀਜ਼ ਦੀ ਚੇਤਾਵਨੀ ਦੇ ਰਹੇ ਹਾਂ ਕਿ ਅਗਰ ਉਸਦੇ ਨਾਲ ਇਨਸਾਫ ਨਾ ਆਇਆ, ਔਰ ਜਿਹੜਾ ਵੀ ਬੰਦੇ ਨੇ ਇਹਨਾਂ ਦੇ ਇੱਜ਼ਤ ਉੱਪਰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪ੍ਰਵੀਨ ਕੁਮਾਰ ਨਾਮ ਦਾ ਸ਼ਖਸ ਹੈ, ਉਹਨਾਂ ਦਾ ਚਾਚਾ ਹੈ, ਅਗਰ ਉਹਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਨਾ ਹੋਈ ਤਾਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਅੰਮ੍ਰਿਤਸਰ ਦੇ ਵਿੱਚ, ਅੰਮ੍ਰਿਤਸਰ ਦੇ ਜਿੰਨੇ ਵੀ ਆਪਣੇ ਅਰਥ ਵਿਵਸਥਾ ਹੈ ਉਸਦੀ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਏਗੀ, ਔਰ ਮੈਂ ਪੁਲਿਸ ਦੇ ਆਲਾ ਅਧਿਕਾਰੀਆਂ ਅੱਗੇ ਇਸ ਚੀਜ਼ ਦੀ ਮੰਗ ਕਰਦਾ ਵਾਂ ਕਿ ਇਹਨਾਂ ਨੂੰ ਠੋਸ ਅਤੇ ਠੋਸ ਇਹਨਾਂ ਉੱਪਰ ਕਾਰਵਾਈ ਕਰਕੇ ਇਹਨਾਂ ਨੂੰ ਇਨਸਾਫ ਦਿੱਤਾ ਜਾਏ, ਨਹੀਂ ਤਾਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਇਹਦਾ ਅੰਜਾਮ ਜਿਹੜਾ ਇਹ ਪ੍ਰਸ਼ਾਸਨ ਭੁਗਤਣ ਲਈ ਤਿਆਰ ਹੈ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਗੀਤਾ ਭੱਲਾ। ਕੀ ਮਾਮਲਾ ਸਾਰਾ ਜੀ? ਮਾਮਲਾ ਇਹ ਕਿ ਸਾਡਾ ਪ੍ਰੋਪਰਟੀ ਦਾ ਝਗੜਾ ਚੱਲਦਾ ਸੀ, ਮੈਂ ਅੱਜ ਮੰਮੀ ਵੱਲ ਆਈ ਸੀ ਘਰ, ਅਤੇ ਮੰਮੀ ਦਾ ਪਤਾ ਲੈਣ ਆਈ, ਅਤੇ ਭਰਾ ਮੇਰਾ ਬ੍ਰਦਰ ਅਤੇ ਚਾਚਾ ਕਿਤੇ ਲੜਦੇ ਹੋਣੇ, ਬਾਹਰ ਆਵਾਜ਼ਾਂ ਆਈਆਂ ਅਤੇ ਮੈਂ ਬਾਹਰ ਗਈ, ਭਰਾ ਮੇਰਾ ਹੈਂਡੀਕੈਪਡ ਹੈਗਾ, ਇਹਨੇ ਉਹਨੂੰ ਧੱਕਾ ਮਾਰਿਆ ਮੈਂ ਵੇਖ ਲਿਆ, ਅਤੇ ਉਹਨੂੰ ਮੈਂ ਬਚਾਉਣ ਗਈ ਅਤੇ ਇਹਨੇ ਮੇਰੇ ਵੀ ਕੱਪੜੇ ਪਾੜਤੇ, ਪੁਲਿਸ ਦੇ ਬਾਹਰ ਸਾਰਾ ਇਹ ਹਾਸਾ ਹੈ, ਮੈਂ ਪਾਟੇ ਕੱਪੜਿਆਂ ਦੇ ਵਿੱਚ ਅੰਦਰ ਗਈ ਹਾਂ, ਅਤੇ ਇਹਨਾਂ ਨੇ ਕੋਈ ਨਹੀਂ ਉਹ ਬੰਦੇ ਨੂੰ ਬਸ ਉੱਥੇ SHO ਸਾਹਿਬ ਦੀ ਚੌਂਕੀ ਲੈ ਗਏ ਆ, ਉੱਥੇ ਬਸ ਭਾਈ ਰੱਖਿਆ, ਮੈਂ ਉੱਥੇ ਵੀ ਜਾ ਕੇ ਕਿਹਾ ਕਿ ਤੁਸੀਂ ਇਹਨੂੰ ਭਾਂ ਦੇ ਜੇ, ਇਹਦੀ ਸੇਵਾ ਕਰਨ ਦੇ ਜੇ, ਇਹਦੀ ਦੂਜੀ ਸੇਵਾ ਕਰੋ, ਇਹਨੂੰ ਥੱਪੜ ਮਾਰੋ, ਇਹਨੂੰ ਪਤਾ ਤਾਂ ਲੱਗੇ ਕਿਸੇ ਕੁੜੀ ਨੂੰ ਕਿਸ ਤਰ੍ਹਾਂ ਛੇੜੀ ਦਾ ਘਰ ਦਿੱਤੀ ਭੈਣ ਨੂੰ, ਇਹਨੂੰ ਕਿਸ ਤਰ੍ਹਾਂ ਪਤਾ ਲੱਗੇਗਾ, ਜੇ ਮੈਂ ਹੀ ਨਹੀਂ ਸੇਫ, ਪੁਲਿਸ ਦੇ ਬਾਹਰ ਹੀ ਨਹੀਂ ਕੁੜੀ ਸੇਫ ਹੈਗੀ, ਤਾਂ ਬਾਹਰ ਸ਼ਹਿਰ ਤੱਕ ਕਿੱਥੋਂ ਤੱਕ ਜਾਏਗੀ? ਕੀ ਨਾਮ ਤੁਹਾਡੇ ਚਾਚੇ ਦਾ? ਚਾਚਾ ਜੀ ਦਾ ਨਾਂ ਹੈ ਪ੍ਰਵੀਨ ਕੁਮਾਰ ਬੇਦੀ। ਕੀ ਮੰਗੀ ਕਰਦੇ ਵਿਚਾਰਾ? ਕੀ ਚਾਹੁੰਦੇ ਤੁਸੀਂ? ਮੈਂ ਇਹ ਚਾਹੁੰਦੀ ਹਾਂ ਕਿ ਇੱਕ ਤਾਂ ਮੈਨੂੰ ਇਨਸਾਫ ਮਿਲੇ, ਮੇਰੇ ਸੰਗਠਨ ਦੇ ਵਿੱਚ ਰਹਿ ਕੇ ਸਾਰੇ ਮੇਰੇ ਸੰਗਠਨ ਦੇ ਹੈ, ਮੇਰੇ ਨਾਲ ਹੈਗੇ ਨੇ, ਇਹ ਮੈਨੂੰ ਇਨਸਾਫ ਦੀਵਾਨ ਸ਼ਿਵ ਸੈਨਾ ਇਹ ਮੇਰੇ ਨਾਲ ਖੜ੍ਹੇ ਨੇ, ਅਤੇ ਇਹ ਮੇਰੇ ਨਾਲ ਹੀ ਖੜ੍ਹੇ ਰਹਿਣ, ਮੈਨੂੰ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ ਹੈਗਾ, ਬਸ ਮੇਰੀ ਇਹੀ ਮੰਗ ਆ, ਨਾਲੇ ਮੇਰੇ ਜਿੰਨੀ ਦੇਰ ਮੇਰੇ ਭਰਾ ਨੂੰ ਵੀ ਇਨਸਾਫ ਨਹੀਂ ਜਿੰਨੀ ਦੇਰ ਮਿਲਦਾ, ਉਨੀ ਦੇਰ ਮੈਂ ਸ਼ਾਂਤ ਨਹੀਂ ਪਵਾਂਗੀ। ਮੈਂ ਤਾਂ ਕਦੇ ਤੱਕ ਕੋਈ ਚਾਚਾ ਭਤੀਜੀ ਦੇ ਕੱਪੜੇ ਪਾੜਦਾ ਨਹੀਂ ਦੇਖਿਆ, ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋ ਗਿਆ, ਮੈਨੂੰ ਇਹ ਡਾਊਟਫੁੱਲ ਆ, ਇਸ ਕਰਕੇ ਮੈਂ ਇਹਨੂੰ ਵੈਰੀਫਾਈ ਕਰਨਾ ਚਾਹੁੰਦੀ ਹਾਂ, ਵੈਰੀਫਾਈ ਕਰਕੇ ਫਿਰ ਜਿਹੜੀ ਅੱਗੇ ਕਰਦੀ ਹੈ ਮੈਨੂੰ ਦੱਸਣਾ। ਦੇਖੋ ਕੰਪਲੇਂਟ ਮੈਂ ਤਾਂ ਜੇ ਆ ਕੇ ਬੈਠੀ ਹਾਂ, ਕੋਈ ਹੋਰ ਲਾਈਨ ਡਾਊਟ ਦੀਆਂ ਡਿਊਟੀਆਂ ਸੀਗੀਆਂ ਉੱਥੋਂ ਆ ਕੇ ਬੈਠੀ ਹਾਂ, ਕੰਪਲੇਂਟ ਆਈ ਹੈ ਤਾਂ ਤੁਸੀਂ ਸਾਡੇ ਕੋਲ ਆ ਗਏ ਹੋ, ਕੰਪਲੇਂਟ ਆਈ ਹੋਣੀ, ਉਹਨਾਂ ਦੱਸਿਆ ਨਾ ਜਿਹੜੇ ਤੁਹਾਨੂੰ ਲੈ ਕੇ ਆਇਆ ਸਭ। Please subscribe our channel for more updates. You can follow us on Twitter and Facebook.